ਤੇ ਗਾਇਸ ਹੁਣ ਦੁਪਹਿਰ ਦਾ ਵੇਲਾ, ਗੁੱਡ ਆਫਟਰਨੂਨ ਕਹਿ ਸਕਦੇ ਹਾਂ ਆਪਾਂ। 4 ਵੱਜ ਗਏ ਆ ਸ਼ਾਮ ਦੇ, ਮਤਲਬ ਦੁਪਹਿਰ ਦੇ। ਤੇ ਹੁਣ ਅਸੀਂ ਚੱਲੇ ਸੀ ਸ਼ਹਿਰ, ਨਾਲ ਤਾਏ ਹੁਣਾਂ ਨੇ ਜਾਣਾ ਸੀਗਾ, ਹਰਪ੍ਰੀਤ ਭਾਬੀ ਹੁਣਾਂ ਨੇ, ਕੁਬਰ ਹੁਣਾਂ ਨੇ, ਉਹਨਾਂ ਕੱਪੜੇ ਲੈਣੇ, ਸ਼ੋਪਿੰਗ ਕਰਨੀ ਸੀਗੀ। ਤੇ ਮੈਂ ਵੀ ਫਸਟ ਟਾਈਮ ਮੰਮੀ ਦਾ ਪਰਸ ਲੈ ਕੇ ਆਈ ਹਾਂ। ਰਮਨ ਹੁਣੀ ਭਾਜੀ ਹੁਣੀ ਲੈ ਕੇ ਆਏ ਸੀ ਨਾ, ਮਾਰਸ਼ਲ ਦਾ ਕੁਛ, ਮਾਰਸ਼ਲ ਹੀ ਉਹਦਾ ਨਾਮ, ਇਹਦਾ ਮਾਰਸ਼ਲ ਕੋਰਸ। ਚੋਰੀ ਮੰਮੀ ਨੇ ਦਿੰਦੀ ਕਿਸੇ ਨੂੰ ਆਪਦਾ ਪਰਸ, ਮੰਮੀ ਕਹਿੰਦੇ ਖਰਾਬ ਹੋ ਜੂਗਾ। ਮੈਂ ਕਿਹਾ ਜੇ ਲੈ ਕੇ ਨਾ ਗਿਆ ਫਾਇਦਾ ਕੀ, ਮੰਮੀ ਨੂੰ ਨੀ ਪਤਾ ਲੱਗਾ, ਮੈਂ ਉਦਾਂ ਹੀ ਚੱਕ ਲਿਆ ਜੇ ਦੱਸ ਦਿੰਦੀ ਮੰਮੀ ਨੇ ਲਿਆਉਣ ਨਹੀਂ ਦੇਣਾ। ਤੇ ਚਲੋ ਫਿਰ ਅਸੀਂ ਚੱਲਦੇ ਹਾਂ ਹੁਣ ਸ਼ਹਿਰ, ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ। ਚੱਲੀਏ, ਚਲੋ ਚਲੋ, ਡਰਾਈਵਰ ਗਾੜੀ ਮੋੜ, ਡਰਾਈਵਰ ਮੈਂ ਵੀ ਆਪਦੇ ਪਜਾਮੇ ਲਿਆਉਣੇ ਆ। ਲੈ ਆਏ, ਤੈਨੂੰ ਕਿੰਨੇ ਰੋਕਿਆ। ਚਲੋ ਗਾਇਸ, ਆਪਾਂ ਹੁਣ ਲੈਣ ਚੱਲੇ ਆ ਕੱਪੜੇ, ਸ਼ੋਪਿੰਗ ਕਰਨ ਚੱਲੇ ਆ। ਠੀਕ ਆ, ਕੱਪੜੇ ਹੈ ਹੀ, ਰਹਿ ਹੀ ਨਹੀਂ ਗਏ ਤੇਰੇ, ਕਿੱਥੇ ਆ ਮੇਰੇ, ਹੈ ਹੀ ਨਹੀਂ ਠੰਡ ਵਾਲੇ ਬਹੁਤ ਸਾਰੇ। ਮੁੰਡਾ ਕਹਿੰਦਾ ਘੁੰਮਣ ਜਾਣਾ, ਫਨ ਇਜ਼ ਲੈਂਡ, ਛੁੱਟੀਆਂ ਚ ਚੱਲ ਜੀ। ਆ ਮਜ਼ਾ ਨਾ ਠੰਡ ਚ, ਠੰਡੇ ਠੰਡੇ ਪਾਣੀ ਚ ਨਹਾਉਣਾ ਚਾਹੀਏ, ਗਰਮੀ ਬਹੁਤ ਵੱਧ ਗਈ ਆ। ਇੱਧਰ ਰੋ ਪੀਣੀ ਕਿਸੇ ਨੇ ਤਾਂ ਆ ਜਾਓ। ਹਾਂ ਚਲੋ ਗਾਏ, ਹੁਣ ਅਸੀਂ ਰੋ ਪੀਣ ਲੱਗੇ ਹਾਂ। ਠੀਕ ਹੈ, ਕੂਲ ਆਪਦੇ ਉੱਤੇ ਡੋਲੀ ਆਉਂਦਾ, ਲਿਆ ਲਿਆ ਡੋਲ ਡੋਲ ਤੂੰ ਸਾਰਾ ਹੀ, ਸਿੱਧਾ ਨਹੀਂ ਨਾ ਚੱਕਦਾ ਗਲਾਸ, ਸਿੱਧਾ ਰੱਖ, ਲਿਆ ਲਿਆ ਲਿਆ। ਬਣਾਉਂਦੇ ਬਣਾਉਂਦੇ, ਹਾਂਜੀ ਹਾਂਜੀ ਹਾਂਜੀ, ਕ੍ਰਿਕਟ ਰੇਟ ਦੇ ਪਏ ਬੋਲੋ। ਬੂਟ ਲੈ ਰਹੇ ਆ ਪਿਊਮਾ ਦਾ, ਹੈ 2700 ਦਾ, ਫਸਟ ਕਾਪੀ। ਇਹ ਅੱਜ ਆਪਦੀ ਸ਼ਾਪਿੰਗ ਕਰਦਾ ਪਿਆ, ਇਹਨੇ ਬਹੁਤ ਕੁਝ ਖਰੀਦਿਆ। ਹੋਰ ਕੀ ਖਰੀਦਿਆ? ਇੱਕ ਆ ਚੱਪਲਾਂ ਸਲਿੱਪਰ, ਨਾਲ ਇਹਨੇ ਆਪਦੇ ਬਹੁਤ ਪਜਾਮੇ ਲਏ, ਪਜਾਮੇ 4 ਲਏ, 2 ਜਿਸ ਕਰਨ ਦੇ 2 ਮੇਰੇ, ਬੜੇ ਸੋਹਣੇ ਬਣ। ਬੂਟ ਵੀ ਇੱਕ ਆ, ਇਹ ਕਿਹਦਾ? ਇਹ ਤਾਂ ਨਹੀਂ, ਮੈਂ ਲੈਣ ਲੱਗੀ 2000 ਦਾ। ਇਹ ਲੈਣੇ ਦੇਖਦੇ ਆ, ਫਲੂਦਾ ਖਾਣ। ਇਹ ਘਰੇ ਵੀ ਰੱਜੀ ਬਣਾਵਾਂਗੇ ਕਿਸੇ ਦਿਨ, ਸੇਵੀਆਂ ਗਾਇਸ ਹੁੰਦੀਆਂ ਵਾ। ਠੀਕ ਆ, ਉਹ ਵੀਰਾ ਬਣਾਉਂਦਾ ਪਿਆ ਹੁਣ, ਆਈਸਕ੍ਰੀਮ ਤਾਂ ਸੇਵੀਆਂ ਤੇ ਵਿੱਚ ਨਟਸ ਹੁੰਦੇ ਆ ਕੁਛ, ਹੁਣ ਨਟਸ ਪੈਂਦੇ ਪਏ ਆ। ਅੱਜ ਗਰਮੀ ਬਹੁਤ ਸੀ ਰਜੀ, ਇੰਨੀ ਲੋ ਇੰਨੀ ਸੀ ਨਾ, ਨਾ ਮੈਂ ਸੁਮਨ ਨੂੰ ਨਹੀਂ ਛੱਡ ਕੇ ਆਖੋ ਭੈਣ ਨੂੰ, ਅੱਛਾ ਐ ਸਕਿਨ ਹੀ ਸਾੜਦੀ ਪਈ ਲੋ। ਟੋਪੀ ਲੈ ਕੇ ਜਾਂਦਾ, ਟੋਪੀ ਲੈ ਕੇ ਗਿਆ ਸੀ ਚਲੋ 80 ਵਾਲਾ ਲਿਆਓ ਪਹਿਲਾਂ, ਮੈਂ ਜਾਣ ਕੇ ਕੀਤਾ ਭਲਾ ਕੀ ਹੁੰਦਾ। ਚਲੋ ਗਾਇਸ 80 ਵਾਲਾ ਵਾ, ਤਾਂ ਉਹ ਪਜਾਮਾ ਵਾਲਾ, ਖਰੇ 60 ਵਾਲਾ, ਚਲੋ ਠੀਕ ਆ। ਮੀਠਾ ਹੀ ਮੀਠਾ, ਬਹੁਤ ਮਿੱਠਾ ਲੱਗਾ ਮੈਨੂੰ, ਬਹੁਤ ਜ਼ਿਆਦਾ। ਤੇ ਗਾਇਸ ਕਿੰਨਾ ਟਾਈਮ, 9:30 ਦਾ ਟਾਈਮ ਹੋ ਗਿਆ ਗਾਇਸ। ਵੋ ਭੂਤ ਕਿਉਂ ਆ ਕਰ ਰਹਾ ਹੈ, ਵੋ ਸਿਰਫ ਖੋਪੜੀ ਕਿਉਂ ਦਿਖ ਰਹੀ ਹੈ, ਹੈ ਬਸ ਕਿੰਨੀ ਆ,
ਤੇ ਗਾਇਜ਼ ਰਾਤ ਦਾ ਟਾਈਮ ਹੋ ਗਿਆ ਤੇ ਡੈਡੀ ਉਹਨਾਂ ਨੂੰ ਫੋਨ ਆਇਆ ਹੋਇਆ ਰਮਨ ਉਹਨਾਂ ਦਾ ਗੱਲ ਕਰਦੇ ਪਏ, ਇਸ ਲਈ ਮੈਂ ਹੌਲੀ ਬੋਲਦੀ। ਬੀਬੀ ਉੱਥੇ ਰੋਟੀ ਖਾਂਦੇ ਪਏ ਆ, ਮੰਮੀ ਇੱਥੇ ਬੈਠੇ ਹੋਏ ਆ। ਲੱਭ ਤੇ ਗਾਇਜ਼ ਅਸੀਂ ਨਾ ਅੱਜ ਜਿਮ ਗਏ ਸੀਗੇ ਸਵੇਰੇ ਸਵੇਰੇ 5 ਵਜੇ ਤੇ ਜਿਮ ਤੋਂ ਆ ਕੇ ਹੁਣ ਨੀਂਦ ਹੀ ਆਈ ਜਾਂਦੀ, ਐਨਰਜੀ ਡਾਊਨ ਪੂਰੀ, ਪਤਾ ਨਹੀਂ ਕਿਉਂ ਆਉਂਦੀ ਆ, ਬਹੁਤ ਜ਼ਿਆਦਾ ਨੀਂਦ ਆਈ। ਸੁੱਤੀ ਨਹੀਂ ਪਰ ਫਿਰ ਵੀ ਨੀਂਦ ਆਈ ਜਾਂਦੀ ਆਈ ਜਾਂਦੀ। 7 ਵੱਜ ਗਏ ਮੈਨੂੰ ਲੱਗਦਾ ਅਤੇ ਚੱਲਦੇ ਹਾਂ ਬਾਹਰ, ਦੇਖਦੇ ਹਾਂ ਕੀ ਮਾਹੌਲ ਆ ਖਾਣੇ। ਤੁਹਾਨੂੰ ਵੀ ਜਿਮ ਤੋਂ ਆ ਕੇ ਬਾਅਦ ਥੋੜ੍ਹੀ ਥੋੜ੍ਹੀ ਐਨਰਜੀ ਡਿੱਗੀ ਹੋਈ ਥੱਲੇ, ਫਿਰ ਉਹਨੇ ਜਿਸ ਕਰਨ ਨੇ ਬਣਾਈ ਹੋਈ ਸ਼ਰਧਾਈ ਉਹ ਥੋੜ੍ਹੀ ਪੀਤੀ, ਐਨਰਜੀ ਆਈ ਅਤੇ ਹੁਣ ਆਪਾਂ ਕਰ ਲਈਏ ਆਪਦੀ ਫੇਸ ਯੋਗਾ, ਫੇਸ ਦੀ ਮਸਾਜ। ਚਲੋ ਮੇਰੇ ਕੋਲ ਆ ਗੁਆਸ਼ਾ ਵੀ ਹੈਗਾ, ਗੁਆਸ਼ੇ ਨਾਲ ਵੀ ਆਪਾਂ ਕਰ ਸਕਦੇ ਤਾਂ ਉੱਦਾਂ ਵੀ ਆਪਾਂ ਫੇਸ ਮਸਾਜ ਕਰ ਸਕਦੇ। ਆਪਾਂ ਇੱਥੇ ਕਰਦੇ ਫੇਸ ਮਸਾਜ। ਓਇਲ ਆ 2, ਇੱਕ ਆ ਹੈਗਾ ਓਇਲ ਅਤੇ ਇਹਦੇ ਨਾਲ ਹੀ ਆਇਆ ਸੀ ਗੁਆਸ਼ਾ ਨਾਲ ਹੀ ਵਿਟਾਮਿਨ ਈ, ਅਤੇ ਆਹ ਇਹਨੂੰ ਸਾਫ਼ ਕਰਨ ਵਾਲਾ ਹੁੰਦਾ ਗੁਆਸ਼ੇ ਨੂੰ ਜਿਵੇਂ ਕਲੀਨ ਕਰਨ ਲਈ। ਅਤੇ ਹੋ ਗਈ ਗਾਇਸ ਫੇਸ ਐਕਸਰਸਾਈਜ਼, ਮਤਲਬ ਫੇਸ ਯੋਗਾ ਇੱਕ ਹਿਸਾਬ ਦਾ ਹੋ ਗਿਆ। ਉਸ ਤੋਂ ਬਾਅਦ ਮੈਂ ਲਾ ਲਿਆ ਇਹ ਵਾਲਾ ਓਇਲ ਅਤੇ ਇਹਨੂੰ ਆਪਾਂ ਰੱਖਾਂਗੇ ਸਿਰਫ ਮਤਲਬ 2 ਘੰਟੇ ਲਈ, ਜੋ ਓਇਲ ਲੱਗਾ ਹੋਇਆ ਫੇਸ 'ਤੇ ਨਾ ਸਿਰਫ 2 ਘੰਟੇ ਲਈ ਰੱਖਾਂਗੇ। ਅਤੇ ਉਸ ਤੋਂ ਬਾਅਦ ਆਪਾਂ ਫੇਸ ਵਾਸ਼ ਕਰ ਦੇਣਾ, ਬਾਅਦ ਵਿੱਚ ਆਪਾਂ ਮੋਇਸਚਰਾਈਜ਼ਰ ਲਾ ਕੇ ਸਨਸਕ੍ਰੀਨ ਲਾ ਲੈਣਾ, ਫਿਰ ਆਪਾਂ ਧੁੱਪ ਧੁੱਪ 'ਚ ਜਾ ਵੀ ਸਕਦੇ ਹਾਂ। ਜਿਮ ਤੋਂ ਬਾਅਦ ਫਸਟ ਮੀਲ, ਬਹੁਤ ਭੁੱਖ ਲੱਗੀ ਹੋਈ ਸੀ ਜਿਸ ਕਾਰਨ ਦੀ ਜਿਮ ਹਜੇ ਸ਼ਾਮ ਨੂੰ ਲੱਗਣੀ ਆ, ਤਾਂ ਉਹਦੀ ਫਸਟ ਮੀਲ ਰੋਟੀ ਆ। ਮੰਮੀ ਤੁਹਾਡੀ ਕਿਹੜੀ ਆ ਫਸਟ ਮੀਲ? ਚਾਹ, ਬੀਬੀ ਦੀ ਚਾਹ, ਚਾਹ ਚਾਹ ਚਾਹ, ਕਿਉਂਕਿ ਉਹ ਚਾਹ ਬੀਬੀ 3-4 ਵਾਰੀ ਪੀਤੀ ਆ ਹੁਣ ਤੱਕ। ਹਾਂ ਅੱਜ ਬਹੁਤ ਸੋਹਣੀ ਬਣ, ਕਿਵੇਂ ਲੈ ਚਾਹ ਪੀਤੀ ਨਹੀਂ ਅੱਜ, ਘੁੱਟ ਕੇ ਮਿਲੀ। ਚਲੋ ਠੀਕ ਆ, ਇਹਨੂੰ ਦੂਜਾ ਦਿੱਤਾ ਵਾ ਜਿਸ ਕਾਰਨ ਤੇ ਲਾਪ੍ਰੀਤ ਵੀਰਾ ਸਾਰੇ ਜਿਮ ਗਏ ਹੋਇਆ ਤੇ ਅਸੀਂ ਹੁਣ ਉੱਠ ਕੇ ਹੁਣ ਸੋਚਿਆ ਕਿ ਕਿਨੂਆ, ਤੁਸੀਂ ਪੁੱਛਿਆ ਸੀ ਨਾ ਕਿ ਕਿਨੂਆ ਕੀ ਹੁੰਦਾ ਵਾ, ਤੁਹਾਨੂੰ ਕਿਨੂਆ ਅੱਜ ਬਣਾ ਕੇ ਦਿਖਾਉਂਦੇ, ਬੜਾ ਸਵਾਦ ਬਣਦਾ, ਬੜਾ ਹੈਲਦੀ ਵੀ ਹੁੰਦਾ ਵਾ। ਜੇ ਆਪਾਂ ਮਤਲਬ ਆਪਦਾ ਭਾਰ ਭੂਰ ਘਟਾਉਣਾ ਵਾ, ਵੇਟ ਲੂਸ ਕਰਨਾ ਵਾ, ਹੈ ਨਾ, ਤਾਂ ਉਹਦੇ ਲਈ ਕਿਨੂਆ ਬਹੁਤ ਵਧੀਆ। ਕਿਨੂਆ ਦੀ ਸ਼ਕਲ ਵੀ ਦਿਖਾ ਦਿੰਦੇ, ਬਾਕੀ ਤੁਹਾਨੂੰ ਕਬੂਤਰ ਦਿਖਾਉਂਦੀ ਵਿਚਾਰਾ ਬੈਠਾ। ਆਹ ਦੇਖੋ ਕਬੂਤਰ ਬੜਾ ਐਕਟਿਵ ਜਿਹਾ ਹੋ ਗਿਆ, ਹੁਣ ਖਾਂਦਾ ਪੀਂਦਾ ਰਹਿੰਦਾ ਵਾ, ਹੁਣ ਐਕਟਿਵ। ਹਾਏ ਹਾਏ, ਸਾਫ਼ ਕਰਨਾ ਪੈਣਾ ਥੋੜ੍ਹਾ ਥੋੜ੍ਹਾ। ਚੱਲ ਵਿਚਾਰੇ ਨੂੰ ਖੁੱਲ੍ਹਾ ਵਿੱਚ ਛੱਡਣਾ ਹੀ ਆ, ਅਤੇ ਮੈਂ ਵੇਟ ਕਰਦੀ ਪਈ ਹਾਂ ਲਾਪ੍ਰੀਤ ਉਹਨਾਂ ਦੀ, ਫਿਰ ਅਸੀਂ ਬਣਾਵਾਂਗੇ ਕਿਨੂਆ। ਰਿਹਾ ਕਿਉਂਕਿ ਜਦੋਂ ਹੀ ਨਾ ਰੱਜੀ ਲੁਧਿਆਣੇ ਉੱਤੇ ਬੜਿਆਂ ਦੇ ਕਮੈਂਟ ਆਉਂਦੇ ਸੀ ਕਿਨੂਆ ਕਿਵੇਂ ਬਣਦਾ ਕਿਵੇਂ ਬਣਦਾ ਕਿਵੇਂ ਬਣਦਾ, ਰੈਸਪੀ ਸ਼ੇਅਰ ਕਰੋ, ਅਤੇ ਰੱਜੀ ਕਹਿੰਦੀ ਅੱਜ ਮੈਂ ਉਹ ਕਰਾਂ ਸ਼ੇਅਰ। ਅਤੇ ਮੈਂ ਕਿਹਾ ਚੱਲ, ਅਸੀਂ ਮੋਟਰ 'ਤੇ ਨਹੀਂ ਗਾਇਸ ਜਾ ਰਹੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ, ਅਤੇ ਕੱਲ੍ਹ ਜਾਂ ਪਰਸੋਂ ਜਾਵਾਂਗੇ। ਠੀਕ ਆ, ਦੇਖੋ ਜੀ ਆਹ ਵਾ ਇਹ ਕਿੱਦਾਂ ਬਣਦਾ, ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਠੀਕ ਹੈ ਜੀ, ਕਹਿੰਦੇ ਬਹੁਤ ਹੈਲਦੀ ਹੁੰਦਾ ਇਹ ਵਾਲਾ, ਡਾਇਟ ਵਾਲੇ ਬੰਦੇ ਸਾਰੇ ਇਹ ਯੂਜ਼ ਕਰਦੇ ਗਏ ਜਿਹੜੇ ਜਿਮ ਜੂਮ ਲਾਉਂਦੇ ਨਾ, ਵੇਟ ਲੋਸ ਵੀ ਇਹਦੇ ਨਾਲ ਹੁੰਦਾ ਵਾ। ਚਲੋ ਜੀ ਇੱਥੇ ਆ ਗਈ ਆ ਕੁੜੀ, ਠੀਕ ਆ,
ਉੱਥੇ ਕਿਉਂ ਨਹੀਂ ਕੀਤਾ ਰਸੋਈ ਚ ਦੱਸ ਦੇ ਉਹ ਫਿਰ ਲਾਈਟ ਵੀ ਨਹੀਂ ਹੈਗੀ ਤੇ ਮੈਂ ਕਿਹਾ ਫਿਰ ਉੱਥੇ ਖੜਨ ਦਾ ਫਾਇਦਾ ਵੀ ਕੀ ਜੇ ਲਾਈਟ ਨਾ ਯਾਰ ਇਸ ਤੇ ਮੇਰਾ ਐ ਹੀ ਦਿਲ ਕਰੀ ਜਾਂਦਾ ਖਾਲਾ ਮੈਂ ਹੈ ਤੂੰ ਲੈ ਆਉਂਦਾ ਨਾ ਹਰੀਆਂ ਸ਼ਗਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਵੇਖੀ ਸਬਜ਼ੀਆਂ ਰੱਜੀ ਤੈਨੂੰ ਪਤਾ ਮੈਂ ਸਵੇਰੇ 2 ਰੋਟੀਆਂ ਖਾਧੀਆਂ ਤੇ ਬਾਅਦ ਚ ਕੁਛ ਨਹੀਂ ਖਾਧਾ ਵਧੀਆ ਬਣਾਉ ਕਿਨਵਾ ਖਾਵਾਂਗੇ ਨਜ਼ਾਰੇ ਨਾਲ ਨਾ ਤੈਨੂੰ ਤਾਂ ਕਾਕਾ ਮਿਲਣਾ ਹੈ ਤੂੰ ਤਾਂ ਪ੍ਰੋਟੀਨ ਵੀ ਪੀ ਲਿਆ ਯਾਰ ਤੂੰ ਕਿੰਨਾ ਖਾਂਦਾ ਵਾ ਜੇ ਤੂੰ ਖਾ ਗਿਆ ਸਾਨੂੰ ਲਈ ਟੋਕਰਾ ਟਾਕਰਾ ਕੋਈ ਰੱਖੇ ਅੱਗੇ ਤੇਰੇ ਤੇ ਗਾਇਸ ਮੈਂ ਕੱਲ ਤੋਂ ਇਹਨਾਂ ਨਾਲ ਜਿੰਮ ਜਾਇਆ ਕਰਨਾ ਹਨਾ ਉਦਾਂ ਹੀ ਸਵੇਰੇ ਜਾਂਦੇ ਨਾ ਹੁਣ ਸ਼ਾਮ ਜੀ ਪੀਂਦੀ ਆ ਚਾਹ 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 ਤੂੰ ਚਾਹ ਪੀ ਕੇ ਮਜ਼ਾ ਆਉਂਦਾ ਵਾ ਮੰਮੀ ਨੂੰ ਤਾਂ ਚਾਹ ਚੜਿਆ ਰਹਿੰਦਾ ਆ ਜੇ ਵੇਖ ਰਹੀ ਆ ਕੂਲਰ ਚਾਹ ਦਾ ਮਤਲਬ ਚਾਹ ਕੂਲਰ ਉੱਪਰੋਂ ਥੱਲੇ ਲੈ ਕੇ ਆਈਏ ਆ ਇੱਕ ਬਣਾ ਲੈ ਆ ਲੈ ਚਾਹ ਦਾ ਮਤਲਬ ਚਾਹ ਚੜਿਆ ਰਹਿੰਦਾ ਵਾ ਵਾਰ ਵਾਰ ਪੀਂਦੇ ਰਹਿੰਦੇ ਆ ਬਸ ਇਹਨੂੰ ਬੋਲਦੇ ਚਾਹ ਰਜੀ ਇੱਕ ਨਵਾਂ ਬਣਾ ਕੇ ਮੋਟਰ ਤੇ ਚੱਲੀਏ ਚਲੋ ਜੀ ਅਸੀਂ ਹੁਣ ਆ ਗਏ ਹਾਂ ਖੇਤਾਂ ਵਿੱਚ ਤੇ ਖੇਤਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਭਿੰਡੀਆਂ ਲੈਣ ਲੈ ਕੇ ਆਉਣ ਲੱਗੇ ਹਾਂ ਕਿਉਂਕਿ ਅੱਜ ਕਹਿੰਦੇ ਭਿੰਡੀਆਂ ਧਰਨੀਆਂ ਵਾ ਧਰੀ ਦੀਆਂ ਹੀ ਆ ਨਾ ਰੱਜੀ ਤੇ ਧਰੀ ਦੀ ਕਿਹੜੀ ਚੀਜ਼ ਆ ਤੇ ਬਣਾਈ ਦੀ ਕਿਹੜੀ ਚੀਜ਼ ਆ ਅੱਛਾ ਧਰੀ ਵਾਲੀ ਧਰੀ ਦੀ ਆ ਠੀਕ ਆ ਡੈਡੀ ਆਵੇ ਲੈ ਕੇ ਆਏ ਅਸੀਂ ਕਰਦਾ ਚਲੋ ਗਾਇਸ ਹੁਣ ਆਪਾਂ ਕਰਨ ਲੱਗੇ ਹਾਂ ਮਿੱਟੀ ਭੇਂ ਭੇਂ ਕੇ ਕੱਲ੍ਹ ਚੁੱਲ੍ਹੇ ਨੂੰ ਲਾਵਾਂਗੇ ਗਿੱਲੀ ਮਿੱਟੀ ਅਤੇ ਹੁਣ ਆਪਾਂ ਸਾਰੀ ਮਿੱਟੀ ਇਕੱਠੀ ਕਰਕੇ ਇਹਨੂੰ ਭੇਂ ਕੇ ਚੱਲ ਜਾਣਾ ਅੱਜ ਠੀਕ ਹੈ ਕੱਲੇ ਹਿਆਨ ਨੂੰ ਹੀ ਨਹੀਂ ਕੋਈ ਫਰਕ ਪਿਆ ਉੱਧਰ ਪਹੁੰਚ ਕੇ ਆਪਾਂ ਨੂੰ ਹੀ ਸਾਰਿਆਂ ਨੂੰ ਫਰਕ ਪਿਆ ਉਹਨੂੰ ਕੀ ਪੈਣਾ ਉਹਨੂੰ ਇਹ ਪਤਾ ਹੀ ਨਹੀਂ ਕੁਛ ਟਿੰਡੇ ਜਿਹੜੇ ਵੱਡੇ ਜ਼ਿਆਦਾ ਹੀ ਵੱਡੇ ਗਾਇਸ ਤੁਹਾਨੂੰ ਦਿਖਾਉਂਦੇ ਦੇਖ ਟਿੰਡੇ ਆ ਪਿੱਛੇ ਡੈਡੀ ਹੁਣੇ ਉਹਨੂੰ ਤੋੜਦੇ ਪਏ ਹਲਵੇ ਐਂਡ ਕੱਦੂ ਟਿੰਡੇ ਬਾਕੀ ਕੋਈ ਨਹੀਂ ਤੈਨੂੰ ਕਿਹੜਾ ਪਤਾ ਬੇਇੱਜ਼ਤੀ ਤੇਰੀ ਹੋਣੀ ਮੈਨੂੰ ਪੀਂਦੇ ਆ ਕੀ ਪੀਂਦੇ ਸ਼ਰਾਬ ਨਹੀਂ ਮੈਂ ਨਹੀਂ ਆਉਣਾ ਮੇਰੀ ਬਾਂਹ ਦੁਖਦੀ ਅਤੇ ਘੱਟਾ ਹੀ ਅਤੇ ਗਾਇਸ ਕਿਨੂਆ ਜਿਹੜਾ ਤੁਸੀਂ ਪੁੱਛਿਆ ਸੀ ਉਹ ਹੁੰਦਾ ਕੁਛ ਇੱਥੇ ਡਿੱਗ ਗਿਆ ਸੀਗਾ ਕੁਛ ਇੱਦਾਂ ਦਾ ਇਹਦੇ ਜਦੋਂ ਬੀਜ ਡਿੱਗਣ ਲੱਗ ਪਏ ਨਾ ਆਪਾਂ ਉਦੋਂ ਮਤਲਬ ਇਹਨੂੰ ਕਰਨਾ ਉਹ ਬਣਾ ਲਈਏ ਕਿਉਂਕਿ ਸਵਾਦ ਬਹੁਤ ਬਣਦਾ ਉਹ ਮੈਂ ਰੁੱਲੀ ਗਿਆ ਉਬਾਲ ਉਬਾਲ ਕੇ ਜਦੋਂ ਇੱਦਾਂ ਦਾ ਹੋ ਜਾਂਦਾ ਨਾ ਵਿੱਚੋਂ ਬੀਜ ਨਿਕਲ ਜਾਂਦੇ ਆ ਅਤੇ ਉਦੋਂ ਆਪਾਂ ਇਹਨੂੰ ਉਤਾਰ ਕੇ ਸ਼ਿਮਲਾ ਮਿਰਚ ਪਾ ਦਿੰਦੇ ਅਦਰਕ ਪਾ ਦਾਂਗੇ ਅਦਰਕ ਨੂੰ ਕਰ ਲਾਂਗੇ ਬਹੁਤ ਥੋੜ੍ਹਾ ਪਾਇਆ ਮੈਂ ਅਤੇ ਹੁਣ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਪਾ ਦਾਂਗੇ ਹਰੀ ਲਾਲ ਪਪੀਲੀ ਸਭ ਤੋਂ ਜ਼ਿਆਦਾ ਟੇਸਟ ਇਹਦੇ ਨਾਲ ਹੀ ਵਧੀਆ ਆਉਂਦਾ ਵਾ ਕਿਉਂਕਿ ਕਿਨੂਆ ਨਾ ਜਿਹੜਾ ਇਹ ਸਬਜ਼ੀਆਂ ਨਾਲ ਹੀ ਬਣਦਾ ਰਾਤ ਨੂੰ ਤੁਸੀਂ ਖਾ ਸਕਦੇ ਹੋ ਬੜਾ ਹੈਲਦੀ ਹੁੰਦਾ ਬਹੁਤ ਜ਼ਿਆਦਾ
ਕਿਨੂੰ ਆ ਚੱਲਿਆ ਬਸ ਇਹਨੂੰ ਆਪਾਂ ਥੋੜ੍ਹਾ ਕੱਚਾ ਕੱਚਾ ਰੱਖਾਂਗੇ ਸਬਜ਼ੀਆਂ ਨੂੰ ਕਿ ਕੱਚੇ ਕੱਚੇ ਦਾ ਸਵਾਦ ਜਦੋਂ ਆਊਗਾ ਫਿਰ ਹੀ ਹੈਲਦੀ ਜਿਹਾ ਮਤਲਬ ਉਹਦੇ ਵਿੱਚ ਨਿਊਟ੍ਰੀਅੰਟ ਰਹਿੰਦੇ ਆ ਮੈਨੂੰ ਤਾਂ ਕੱਚਾ ਬਹੁਤ ਸਵਾਦ ਲੱਗਦਾ ਅਤੇ ਹੁਣ ਆਪਾਂ ਨਾਲ ਹੀ ਵੀ ਖਾ ਦਾਂਗੇ ਗਾਜਰਾਂ ਅਤੇ ਹਰੀ ਮਿਰਚ ਹੁਣ ਇਹਨੂੰ ਵੀ ਇੱਦਾਂ ਹੀ ਘੁਮਾ ਲਾਂਗੇ ਆਪਾਂ ਅਗਲਾ ਆਪਣਾ ਪ੍ਰੋਸੈਸ ਹੈਗਾ ਲੂਣ ਮਿਰਚ ਪਾਉਣ ਲੱਗਿਆ ਹੁਣ ਕਿਨੋਵਾ ਕਿਨੂੰ ਕਿਨੂੰ ਇਹ ਫੇਵਰੇਟ ਹੈ ਦੱਸ ਦਿਓ ਕਮੈਂਟਾਂ ਵਿੱਚ ਠੀਕ ਹੈ ਅਤੇ ਸਵੇਰੇ ਗਾਇਸ ਤੁਹਾਨੂੰ ਪਤਾ ਬੜੀ ਘੈਂਟ ਵੀਡੀਓ ਬਣਨ ਲੱਗੀ ਆ ਸਵੇਰੇ ਹੁਣੇ ਦੱਸਤਾ ਤੁਹਾਡਾ ਮਜ਼ਾ ਖਰਾਬ ਹੋ ਜਾਣਾ ਕਿਉਂ ਰੱਜੀ ਬਸ ਮੈਂ ਕੱਚਾ ਕੱਚੇ ਰੱਖਣਾ ਪਸੰਦ ਕਰਦੀ ਹਾਂ ਠੀਕ ਆ ਸਬਜ਼ੀਆਂ ਨੂੰ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਠੀਕ ਆ ਨਾਲ ਪਾ ਦਾਂਗੇ ਹਲਦੀ ਜ਼ਿਆਦਾ ਵੀ ਪੀ ਲੈਣ ਅਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਜੇ ਤੁਹਾਨੂੰ ਲੱਗੇ ਵਿੱਚ ਤੇਲ ਘੱਟ ਆ ਫਿਰ ਪਾ ਦਿਓ ਥੋੜ੍ਹਾ ਜਿਹਾ ਓਲੀਵ ਓਇਲ ਦਾ ਇਹ ਸਿਸਟਮ ਬੜਾ ਵਧੀਆ ਇਹਦੇ ਜੇ ਇਹ ਨਹੀਂ ਹੁੰਦਾ ਜਿਵੇਂ ਸਰੋਂ ਦਾ ਤੇਲ ਕੱਚਾ ਹੋਵੇ ਤਾਂ ਉਹ 'ਚੋਂ ਸਮੈਲ ਆਉਂਦੀ ਹੁੰਦੀ ਕੱਚੇ 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 ਅਤੇ ਇਹਦੇ ਵਿੱਚ ਇਹ ਆਪਾਂ ਕੱਚਾ ਤੇਲ ਵੀ ਪਾ ਸਕਦੇ ਹਾਂ ਓਲੀਵ ਅਤੇ ਹੁਣ ਗਾਇਸ ਆਪਾਂ ਵਿੱਚ ਪਾ ਤਾ ਕਿਨੂਆ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਕਹਿੰਦੇ ਆ ਕਿਨੂਆ ਇਹਦਾ ਕੰਮ ਬੜਾ ਸੌਖਾ ਵੈਸੇ ਤਾਂ ਸਾਰੇ ਪਤਾ ਕੀ ਕਹਿੰਦੇ ਲੱਗਦੇ ਰੋਟੀ ਨਾਲ ਖਾ ਸਕਦੇ ਨਹੀਂ ਉਦਾਂ ਬੜਾ ਵਧੀਆ ਦਹੀਂ ਨਾਲ ਜ਼ਿਆਦਾ ਨਹੀਂ ਪਾ ਲਿਆ ਕੀ ਕਿਨੂਆ ਨਾ ਨਾ ਜ਼ਿਆਦਾ ਬਹੁਤ ਵਧੀਆ ਪਾਇਆ ਦਹੀਂ ਨਾ ਦਹੀਂ ਨਾਲ ਖਾ ਸਕਦੇ ਹੈਗਾ ਦਹੀਂ ਹੁਣਾ ਵਿੱਚ ਫਰੈਡ ਦੇ ਹਨ ਇਹ ਕੁੱਕ ਪਹਿਲੇ ਹੀ ਹੋ ਗਿਆ ਆਪਾਂ ਸਿਰਫ ਸਬਜ਼ੀਆਂ ਲਾਈਆਂ ਵਿੱਚ ਮਨ ਵੀ ਗਿਆ ਹੁਣ ਆਪਾਂ ਖਾਣ ਲੱਗੇ ਹਾਂ ਕਿਨੋਵਾ ਬਣ ਕੇ ਰੈਡੀ ਹੋ ਗਿਆ ਰੱਜੀ ਨੇ ਬਣਾਇਆ ਵਾ ਦੇਖਦੇ ਹਾਂ ਮੈਂ ਵੀ ਨਹੀਂ ਖਾਧਾ ਐਵੇਂ ਕਹੀ ਜਾਵਾਂ ਮੈਂ ਖਾਂਦਾ ਇਹ ਉੱਥੇ ਖਾਂਦੇ ਹੁੰਦੇ ਜਿਵੇਂ ਵੇਖਦੇ ਵੀਡੀਓ ਵੇਖਦੇ ਹੁੰਦੇ ਸੀ ਅਤੇ ਰੱਜੀ ਕਿਵੇਂ ਦਾ ਬਣਿਆ ਬਾਏ ਮੈਂ ਦੱਸੂੰਗਾ ਚਲੋ ਆਪਾਂ ਦੱਸ ਕੇ ਸੁਪਰ ਹੋਰ ਹੈਗਾ ਨਾ ਉਹ ਜਿਸ ਕਰਨ ਲਈ ਆ ਨਹੀਂ ਉਹਨੂੰ ਆਪਾਂ ਦੇਣਾ ਹੀ ਹਣਾ ਗਈ ਨਾ ਹੋ ਲਾ ਦਾ ਲੈ ਨਾ ਨਹੀਂ ਬਹੁਤ ਸਵਾਦ ਬਣਿਆ ਕਿਵੇਂ ਦਾ ਲੱਗਾ ਵਧੀਆ ਹੈ ਵਧੀਆ ਸਵਾਦ ਲੱਗਾ ਤੈਨੂੰ ਆ ਨਾਲ ਲੱਸੀ ਦੇ ਖਾਂਦਾ ਪਿਆ ਚਲੋ ਗਾਇਜ਼ ਇਹ ਤਾਂ ਇੱਥੇ ਖਾਂਦੇ ਪਏ ਆਪਣਾ ਕਿਨੂਆ ਤੁਹਾਨੂੰ ਬਾਕੀ ਘਰ ਦਾ ਮਾਹੌਲ ਦਿਖਾਉਂਦੇ ਬੀਬੀ ਉਹ ਸੁੱਤੇ ਪਏ ਦੇਖੋ ਵੇਚ ਕੇ ਭਾਂਡੇ ਭੁੰਡੇ ਸਾਰੇ ਮੰਮੀ ਬਾਹਰ ਰੋਟੀ ਪਾਣੀ ਕਰਦੇ ਪਏ ਹੁਣ ਮੰਮੀ ਨਾਲ ਹੈਲਪ ਕਰਾਉਣ ਲੱਗੀ ਅਤੇ ਹੁਣ ਇੱਥੇ ਬਾਹਰ ਦੇਖ ਲਓ ਹਨੇਰਾ ਕਾਫੀ ਹੋ ਗਿਆ ਪੱਖਾ ਲਾਇਆ ਹੋਇਆ ਛੋਟਾ ਇੱਥੇ ਮੰਮੀ ਐਵੇਂ ਆ ਗਈ